ਸੋ ਹੈਲੋ ਫਰੈਂਡਸ, ਕੀ ਹਾਲ ਆ ਸਾਰਿਆਂ ਦਾ? ਮੇਰਾ ਨਾਮ ਪਰਮੀਰ ਖੜਾ। ਅੱਜ ਆਪਾਂ ਗੱਲ ਕਰਾਂਗੇ ਤੁਸੀਂ ਗਾਣਾ ਕਿਵੇਂ ਲਿਖ ਸਕਦੇ ਹੋ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸੂਗਾ ਆਪਣੇ ਇਸ ਵੀਡੀਓ ਦੇ 3-4 ਭਾਗ ਆਲਰੇਡੀ ਬਣਾ ਚੁੱਕੇ ਨੇ, ਤੁਸੀਂ ਨੀਚੇ ਡਿਸਕ੍ਰਿਪਸ਼ਨ ਚੈੱਕ ਕਰੋ, ਉੱਥੇ ਤੁਹਾਨੂੰ ਲਿੰਕ ਮਿਲ ਜਾਣਗੇ ਅਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਅੱਜ ਦਾ ਜਿਹੜਾ ਟੋਪਿਕ ਆਪਾਂ ਗੱਲ ਕਰਨ ਜਾ ਰਹੇ ਹਾਂ, ਤੁਸੀਂ ਗਾਣੇ ਦੇ ਵਿੱਚ ਆਪਣਾ ਨਾਮ, ਆਪਣੇ ਪਿੰਡ ਦਾ ਨਾਮ ਕਿਵੇਂ ਐਡ ਕਰ ਸਕਦੇ ਹੋ। ਸੋ ਇਸ ਦੇ 2 ਤਰੀਕੇ ਨੇ। ਇੱਕ ਤਾਂ ਤੁਸੀਂ ਆਪਣੇ ਨਾਮ ਦੇ ਨਾਲ ਪਿੰਡ ਦਾ ਨਾਮ ਲਾ ਕੇ ਐਡ ਕਰ ਸਕਦੇ ਹੋ, ਅਤੇ ਦੂਜਾ ਪਿੰਡ ਦਾ ਨਾਮ ਅਲੱਗ ਅਤੇ ਆਪਣਾ ਨਾਮ ਅਲੱਗ। ਸੋ ਆਪਾਂ ਉਸ ਬਾਰੇ ਗੱਲ ਕਰਾਂਗੇ ਅੱਜ। ਸੋ ਜਦੋਂ ਤੁਸੀਂ ਸਭ ਤੋਂ ਪਹਿਲਾਂ ਕੋਈ ਗਾਣਾ ਲਿਖ ਰਹੇ ਹੋ, ਤੁਹਾਨੂੰ ਐਂਡ 'ਤੇ ਉਹ ਆਪਣਾ ਨਾਮ ਜ਼ਰੂਰ ਲਿਖਣਾ ਚਾਹੀਦਾ, ਆਪਣੇ ਪਿੰਡ ਦਾ ਨਾਮ ਜ਼ਰੂਰ ਲਿਖਣਾ ਚਾਹੀਦਾ, ਕਿਉਂਕਿ ਉੱਥੇ ਪਤਾ ਲੱਗਦਾ ਕਿ ਕਿਹੜੇ ਰਾਈਟਰ ਨੇ। ਅੱਜ ਕੱਲ੍ਹ ਜਦੋਂ ਲੋਕ ਗਾਣਾ ਸੁਣਦੇ ਆ ਤਾਂ ਉਹ ਰਾਈਟਰ ਜ਼ਰੂਰ ਦੇਖਦੇ ਆ ਕਿ ਕਿਹੜਾ ਰਾਈਟਰ ਆ, ਅਤੇ ਫਿਰ ਜਾ ਕੇ ਸਰਚ ਵੀ ਕਰਦੇ ਆ ਨੈੱਟ 'ਤੇ, ਅਤੇ ਉੱਥੇ ਹੀ ਪਤਾ ਜਿਹੜੀ ਰਾਈਟਰ ਦੇ ਜਾਣ ਪਹਿਚਾਣ ਬਣਦੀ ਆ। ਜਿਵੇਂ ਸਿੰਘਾ ਹੋ ਗਿਆ, ਬਿੱਟੂ ਚੀਮਾ ਹੋ ਗਿਆ, ਸਾਰੇ ਇੱਦਾਂ ਹੀ ਬਣੇ ਆ। ਸੋ ਸਭ ਤੋਂ ਪਹਿਲਾਂ ਇੱਕ ਗਾਣਾ ਲਿਖਿਆ ਜੀ ਮੈਨੇ, ਤੁਸੀਂ ਸੁਣੋ ਅਤੇ ਦੇਖੋ ਉਹਦੇ ਵਿੱਚ ਮੈਂ ਆਪਣੇ ਪਿੰਡ ਦਾ ਨਾਮ ਕਿਵੇਂ ਐਡ ਕਰਿਆ ਹੋਇਆ। ਇਹ ਜਿਹੜਾ ਗਾਣਾ ਕਰਨ ਔਜਲਾ ਦਾ ਗਾਣਾ ਸੀ, ਡੋਂਟ ਲੁੱਕ, ਉਸ ਦੀ ਤਰਜ਼ 'ਤੇ ਲਿਖਿਆ ਗਿਆ ਸੀ ਮੈਨੇ, ਤਾਂ ਮੈਂ ਤੁਹਾਨੂੰ ਸੁਣਾਉਣਾ ਅਤੇ ਦੇਖਿਓ ਕਿੱਦਾਂ। ਹੋਰ ਰੱਖੜੇ ਵਾਲੇ ਹਾਂ ਤੂੰ ਰਹੀ ਬਚ ਕੇ, ਸਿਰੇ ਦੇ ਸ਼ਿਕਾਰੀ ਸਾਰੇ ਇੱਥੇ ਵੱਸਦੇ, ਕਿੱਦਾਂ ਡਰਨਗੇ ਤੇਰੀ ਆਹ ਬੱਤੀ ਬੋਰ ਤੋਂ। ਮੌਤ ਦੇ ਵੀ ਮੋਰਨੇ ਆ ਜਿਹੜੇ ਹੱਸਦੇ, ਮਾਮਿਆਂ ਦੇ ਬਿੱਲੋ ਕਦੇ ਹੱਥੇ ਆਉਂਦਾ ਨਹੀਂ, ਬੈਰ ਲਿਓ ਵਾਲਾ ਤੇਰਾ ਯਾਰ ਬੱਲੀਏ, ਯਾਰਾਂ ਦੀਆਂ ਯਾਰੀਆਂ ਨਿਭਾਉਂਦੇ ਰਹਿੰਦੇ ਆ, ਕਿੱਥੇ ਰੱਖਾ ਦੱਸ ਤੇਰਾ ਪਿਆਰ ਬੱਲੀਏ, ਯਾਰਾਂ ਪਿੱਛੇ ਕਲਮ ਵੀ ਸਿਰ ਕਰ ਜੂੰ, ਜਾਨ ਨਹੀਂ ਆਉਂਦੀ ਦੇ ਪਿੱਛੇ ਨਾਰ ਬੱਲੀਏ, ਯਾਰਾਂ ਦੀਆਂ ਯਾਰੀਆਂ ਨਿਭਾਉਂਦੇ ਰਹਿੰਦੇ ਆ, ਕਿੱਥੇ ਰੱਖਾ ਦੱਸ ਤੇਰਾ ਪਿਆਰ ਬੱਲੀਏ। ਸੋ ਇਹ ਜਿਹੜਾ ਪੋਰਸ਼ਨ ਸੀ, ਇਹ ਲਾਸਟ ਵਾਲਾ ਪੈਰਾ ਸੀ, ਅਤੇ ਇੱਥੇ ਮੈਂ ਆਪਣੇ ਪਿੰਡ ਦਾ ਨਾਮ ਐਡ ਕਰਿਆ ਹੈ। ਤੁਸੀਂ ਦੇਖੋ ਜਦੋਂ ਪਿੰਡ ਦਾ ਨਾਮ ਐਡ ਕਰਦੇ ਹੋ ਉਹਦੇ ਨਾਲ ਇੱਕ ਪਾਵਰਫੁੱਲ ਲਾਈਨ ਜ਼ਰੂਰੀ ਆ, ਜੋ ਤੁਹਾਡੇ ਪਿੰਡ ਨੂੰ ਜਾਂ ਤੁਹਾਡੇ ਨਾਮ ਨੂੰ ਡਿਫਾਈਨ ਕਰੇ, ਕਿਉਂਕਿ ਜੋ ਤੁਸੀਂ ਇੱਦਾਂ ਹੀ ਕੋਈ ਪਿੰਡ ਦਾ ਨਾਮ ਲੈ ਦਿੰਦੇ ਹੋ, ਕਈ ਵਾਰ ਉਹ ਗੱਲ ਜੀ ਬਣਦੀ ਨਹੀਂ ਹੈਗੀ, ਉਹਦੇ ਇੱਕ ਰਿਲੇਟਡ ਸਟੋਰੀ ਜ਼ਰੂਰ ਪਾਓ ਕਿ ਸਾਡੇ ਪਿੰਡ 'ਚ ਇਹ ਆ, ਸਾਡੇ ਪਿੰਡ 'ਚ ਉਹ ਆ, ਜਾਂ ਸਾਡੇ ਪਿੰਡ ਦੇ ਲੋਕ ਇੱਦਾਂ ਦੇ ਆ, ਸਾਡੇ ਪਿੰਡ ਦੇ ਲੋਕ ਉੱਦਾਂ ਦੇ ਆ। ਸੋ ਇੱਦਾਂ ਦਾ ਕੁਝ ਜ਼ਰੂਰ ਐਡ ਕਰਿਆ ਕਰੋ, ਜਾਂ ਇੱਦਾਂ ਦਾ ਵੀ ਕਦੇ ਮੇਰੇ ਪਿੰਡ ਗੇੜਾ ਮਾਰ ਕੇ ਦੇਖ, ਜਾਂ ਮੇਰੇ ਪਿੰਡ ਦਾ ਨਾਮ ਉੱਥੋਂ ਤੱਕ ਸੁਣਦਾ, ਇੱਥੇ ਤੱਕ ਚੜ੍ਹਾਈ ਆ ਮੇਰੇ ਪਿੰਡ ਦੀ। ਸੋ ਇੱਦਾਂ ਦਾ ਕੁਝ ਜ਼ਰੂਰ ਐਡ ਕਰਿਆ ਕਰੋ, ਅਤੇ ਉਹ ਜਿਹੜੀ ਲਾਈਨ ਪਾਵਰਫੁੱਲ ਬਣ ਜਾਂਦੀ ਹੈ ਇਸ ਨਾਲ। ਅਤੇ ਉਸ ਤੋਂ ਬਾਅਦ ਜਦੋਂ ਤੁਸੀਂ ਗਾਣਾ ਲਿਖਦੇ ਹੋ, ਤੁਸੀਂ ਜਿਹੜੇ ਟੋਪਿਕ 'ਤੇ ਗਾਣਾ ਲਿਖ ਰਹੇ ਹੋ ਤੁਹਾਨੂੰ ਉਹਦੇ ਬਾਰੇ ਪੂਰੀ ਨੌਲੇਜ ਹੋਣੀ ਚਾਹੀਦੀ ਆ। ਕੋਈ ਵੀ ਇੱਧਰ ਉੱਧਰ ਦੀ ਲਾਈਨ ਨਾ ਲਿਖਿਆ ਕਰੋ, ਪਹਿਲਾਂ ਤਾਂ ਜਾ ਕੇ ਰਿਸਰਚ ਕਰੋ ਯੂਟਿਊਬ ਦੇ ਉੱਤੇ, ਗੂਗਲ ਦੇ ਉੱਤੇ। ਜਿਵੇਂ ਤੁਸੀਂ ਇੱਕ ਟੋਪਿਕ ਲਿੱਤਾ, ਉਸ 'ਤੇ ਗਾਣਾ ਲਿਖ ਰਹੇ ਹੋ, ਪਹਿਲਾਂ ਤੁਹਾਨੂੰ ਉਹਦੀ ਸਾਰੀ ਸਟੋਰੀ ਪਤਾ ਹੋਣੀ ਚਾਹੀਦੀ ਹੈ ਕਿ ਉਹ ਟੋਪਿਕ ਵਿੱਚ ਤੁਸੀਂ ਕੀ ਲਿਖ ਸਕਦੇ ਹੋ, ਉਹ ਟੋਪਿਕ ਦੇ ਰਿਲੇਟਡ ਕੀ ਹੋਇਆ ਸੀ, ਅਤੇ ਉਹੀ ਟੋਪਿਕ ਦੇ ਰਿਲੇਟਡ ਤੁਸੀਂ ਗਾਣਾ ਫਿਰ ਲਿਖੋ। ਦੂਜੀ ਗੱਲ, ਤੁਹਾਨੂੰ ਇੱਕ ਚੀਜ਼ ਜ਼ਰੂਰ ਹੋਣੀ ਚਾਹੀਦੀ ਆ, ਸ਼ਬਦ ਲੱਭਣੇ। ਸ਼ਬਦ ਲੱਭਣੇ ਬਹੁਤ ਇੰਪੋਰਟੈਂਟ ਹੁੰਦਾ ਇੱਕ ਗਾਣੇ ਲਈ, ਕਿਉਂਕਿ ਜਦੋਂ ਤੁਸੀਂ ਗਾਣਾ ਲਿਖ ਰਹੇ ਹੋ ਤੁਹਾਨੂੰ ਸਿਰਫ ਸ਼ਬਦ ਲੱਭਣੇ ਹੁੰਦੇ ਨੇ। ਪਹਿਲਾਂ ਸ਼ਬਦ ਲੱਭਦੇ ਹੋ, ਸ਼ਬਦ ਤੋਂ ਲਾਈਨ ਬਣਦੀ ਆ, ਲਾਈਨ ਤੋਂ ਗਾਣਾ ਬਣਦਾ। ਸੋ ਇਹ ਸਿੰਪਲ ਜਿਹਾ ਕੋਨਸੈਪਟ ਆ ਗਾਣੇ ਲਿਖਣ ਦਾ। ਪਹਿਲਾਂ ਤੁਸੀਂ ਸ਼ਬਦ ਕਿਵੇਂ ਲੱਭਣੇ ਨੇ, ਤੁਸੀਂ ਜਦੋਂ ਕੋਈ ਪੋਇਮ ਪੜ੍ਹ ਰਹੇ ਹੋ, ਕੁਛ ਵੀ ਪੜ੍ਹ ਰਹੇ ਹੋ, ਉੱਥੇ ਤੁਹਾਨੂੰ ਕੋਈ ਡਿਫਰੈਂਟ ਜਿਹਾ ਸ਼ਬਦ ਦਿਖਦਾ ਉਸਨੂੰ ਨੋਟ ਕਰ ਲਓ। ਉਹ ਜਿਹੜਾ ਸ਼ਬਦ ਆ ਉਰਦੂ ਭਾਸ਼ਾ 'ਚ ਵੀ ਹੋ ਸਕਦਾ, ਇੰਗਲਿਸ਼ 'ਚ ਵੀ ਹੋ ਸਕਦਾ, ਪੰਜਾਬੀ 'ਚ ਵੀ ਹੋ ਸਕਦਾ, ਜਾਂ ਹਿੰਦੀ 'ਚ ਵੀ ਹੋ ਸਕਦਾ। ਉਹ ਤੁਸੀਂ ਉਸਨੂੰ ਨੋਟ ਜ਼ਰੂਰ ਕਰੋ, ਅਤੇ ਉਹ ਜਿਹੜਾ ਤੁਸੀਂ ਸ਼ਬਦ ਲੱਭਿਆ ਉਸ 'ਤੇ ਇੱਕ ਲਾਈਨ ਬਣਾਉਣ ਦੀ ਕੋਸ਼ਿਸ਼ ਕਰੋ। ਅਤੇ ਤੀਜੀ ਗੱਲ ਜਿਹੜੀ ਹੈਗੀ ਆ, ਗੀਤ ਲਿਖਣ ਲਈ ਰਾਈਮਿੰਗ ਦੀ ਬਹੁਤ ਜ਼ਰੂਰਤ ਹੁੰਦੀ ਆ। ਰਾਈਮਿੰਗ ਮਤਲਬ ਦੋ ਸ਼ਬਦਾਂ ਨੂੰ ਜੋੜਨਾ, ਜਿਵੇਂ ਮੈਂ, ਤੂੰ, ਤਾਲ ਮਾਲ, ਇੱਦਾਂ ਦੇ ਸ਼ਬਦ ਜਿਹੜੇ ਹੁੰਦੇ ਨੇ, ਇਹਨਾਂ ਨੂੰ ਇਹਨਾਂ ਨਾਲ ਰਿਲੇਟਡ ਰਾਈਮਿੰਗ ਕਰਨੀ ਜ਼ਰੂਰੀ ਹੁੰਦੀ ਆ। ਜਿਵੇਂ ਮੇਰੇ ਤੁਸੀਂ ਗਾਣੇ 'ਚ ਸੁਣਿਆ ਹੋਣਾ, ਮੈਂ ਰਾਈਮਿੰਗ ਕਰੀ ਆ, ਰੱਖੜੇ ਵਾਲਿਆਂ ਤੋਂ ਰਹੀ ਬਚ ਕੇ, ਸਿਰੇ ਦੇ ਸ਼ਿਕਾਰੀ ਸਾਰੇ ਇੱਥੇ ਵੱਸਦੇ, ਜਿਹੜਾ ਵੱਸਦੇ ਸ਼ਬਦ ਆ ਮੈਨੇ ਇਹਦੀ ਰਾਈਮਿੰਗ ਕਰੀ ਆ। ਰੱਖੜੇ ਵਾਲਿਆਂ ਤੋਂ ਰਹੀ ਬਚ ਕੇ, ਸਿਰੇ ਦੇ ਸ਼ਿਕਾਰੀ ਸਾਰੇ ਇੱਥੇ ਵੱਸਦੇ, ਕਿੱਦਾਂ ਡਰਨਗੇ ਤੇਰੀ ਆਹ ਬੱਤੀ ਬੋਰ ਤੋਂ। ਮੌਤ ਦੇ ਵੀ ਮੋਹਰਣੇ ਆ ਜਿਹੜੇ ਹੱਸਦੇ, ਹੱਸਦੇ ਵੱਸਦੇ, ਹੱਸਦੇ ਵੱਸਦੇ। ਸੋ ਇਹ ਦੋ ਸ਼ਬਦਾਂ ਦੀ ਰਾਈਮਿੰਗ ਹੋਈ ਆ, ਤਾਂ ਇਹ ਲਾਈਨ 4 ਲਾਈਨਾਂ ਬਣੀਆਂ ਨੇ। ਸੋ ਤੁਸੀਂ ਰਾਈਮਿੰਗ 'ਤੇ ਜ਼ਰੂਰ ਧਿਆਨ ਦੇਣਾ। ਬਾਕੀ ਜੇ ਫਿਰ ਵੀ ਤੁਹਾਡਾ ਕੋਈ ਡਾਊਟ ਆ, ਨੀਚੇ ਕਮੈਂਟ ਜ਼ਰੂਰ ਕਰਿਓ, ਆਪਾਂ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਂ ਬਹੁਤ ਵੱਡਾ ਰਾਈਟਰ ਨਹੀਂ ਹੈਗਾ, ਪਰ ਮੈਂ ਤੁਹਾਡੀ ਹੈਲਪ ਜ਼ਰੂਰ ਕਰੂੰਗਾ ਜਿੰਨੀ ਕੁ ਕਰ ਸਕਦਾ। ਅਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।